ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਕੈਦੀ ਦੇ ਵੱਲੋਂ ਬਾਹਰ ਤੋਂ ਮੰਗਵਾਏ ਗਏ ਸਮਾਨ ਨੂੰ ਖਾਲੀ ਗੇਂਦਾਂ ਦੇ ਵਿੱਚ ਭਰ ਕੇ ਅੰਦਰ ਸੁੱਟਣ ਆਏ ਦੋ ਵਿਅਕਤੀਆਂ ਨੂੰ ਜੇਲ੍ਹ ਕਰਮਚਾਰੀਆਂ ਨੇ ਕਾਬੂ ਕਰ ਲਿਆ, ਜਿਨ੍ਹਾਂ ਨੂੰ ਕਿ ਸਿਟੀ ਪੁਲਿਸ ਨੇ ਗ੍ਰਿਫਤਾਰ ਕਰਕੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ DSP ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਦੇ ਬਾਹਰ ਤੈਨਾਤ ਕਰਮਚਾਰੀਆਂ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਹਨਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਦ ਇਹਨਾਂ ਦੀ ਤਲਾਸ਼ੀ ਲਈ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਖਾਲੀ ਗੇਂਦਾਂ ਦੇ ਨਾਲ ਭਰਿਆ ਹੋਇਆ ਸਮਾਨ ਇਹ ਅੰਦਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਬਰਾਮਦ ਕੀਤਾ ਗਿਆ, ਜਿਸ ਦੇ ਵਿੱਚ ਇੱਕ ਪੈਕੇਟ ਕੂਲਿਪ, 30 ਕੈਪਸੂਲ ਪ੍ਰੈਗਬਲਿਨ ਅਤੇ ਜਰਦਾ ਅਤੇ ਹੋਰ ਸਮਾਰਟ ਮੋਬਾਈਲ ਬਰਾਮਦ ਹੋਏ ਨੇ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਸਮਾਨ ਜੇਲ੍ਹ ਦੇ ਵਿੱਚ ਬੰਦ ਫਰੀਦਕੋਟ ਦੀ ਬਲਬੀਰ ਬਸਤੀ ਨਿਵਾਸੀ ਕੈਦੀ ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਦੇ ਕਹਿਣ 'ਤੇ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਅੰਦਰ ਸੁੱਟਿਆ ਜਾਣਾ ਸੀ ਅਤੇ ਉੱਧਰ ਹੀ ਦੱਸ ਦਈਏ ਕਿ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਕੱਦਮਾ ਨੰਬਰ 343 ਅੰਡਰ ਸੈਕਸ਼ਨ 42 ਉਬਲੀਕ 52 ਏ ਪ੍ਰਿਜਨ ਐਕਟ ਅਤੇ 223 BNS ਇਹਦੇ ਤਹਿਤ ਥਾਣਾ ਸਿਟੀ ਫਰੀਦਕੋਟ ਵੰਡ ਦੇ ਵਿੱਚ ਜਿਹੜਾ ਕੇਸ ਰਜਿਸਟਰ ਕੀਤਾ ਗਿਆ 3 ਵਿਅਕਤੀਆਂ ਦੇ ਬਰਖਿਲਾਫ ਜੀ। ਇਹ ਜਿਹੜੀ ਸੀ ਇਹ ਫੈਂਕਾ ਪਾਰਟੀ ਸੀਗੀ ਤਾਂ ਜੇਲ੍ਹ ਡਿਪਾਰਟਮੈਂਟ ਦੇ ਕਰਮਚਾਰੀ ਇਹਨਾਂ ਨੇ ਜਦ ਦੇਖਿਆ ਵੀ ਦੋ ਲੜਕੇ ਜਿਹੜੇ ਆ ਜੇਲ੍ਹ ਦੀ ਦੀਵਾਰ ਵੱਲ ਆ ਰਹੇ ਆ ਅਤੇ ਜਦੋਂ ਉਹਨਾਂ ਨੂੰ ਕਾਬੂ ਕੀਤਾ, ਕਾਬੂ ਕਰਨ ਤੋਂ ਇਹਨਾਂ ਤੋਂ ਜਿਹੜਾ ਕਾਫੀ ਜਿਹੜੀਆਂ ਬਾਲਸ ਵਗੈਰਾ ਮਿਲੀਆਂ ਹੈਗੀਆਂ ਅਤੇ ਉਹ ਜਿਹੜੀਆਂ ਬਾਲਸ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਇੱਕ ਪੈਕਟ ਕੂਲਿਪ ਅਤੇ 3 ਪੱਤੇ ਪ੍ਰੈਗਬਲਿਨ ਅਤੇ ਫਿਰ ਖੁੱਲ੍ਹਾ ਜਰਦਾ ਸੀਗਾ ਜੀ ਅਤੇ ਇੱਕ ਸੈਮਸੰਗ ਦਾ ਜਿਹੜਾ ਹੈਗਾ ਟੱਚ ਸਕਰੀਨ ਮੋਬਾਈਲ ਅਤੇ ਇੱਕ ਜੀ ਨੋਕੀਆ ਦਾ ਜਿਹੜਾ ਕੀਪੈਡ ਵਾਲਾ ਮੋਬਾਈਲ, ਇਹ ਚੀਜ਼ਾਂ ਇਹਨਾਂ ਤੋਂ ਬਰਾਮਦ ਹੋਈਆਂ ਜਿਹਦੇ 'ਚ ਕਰਨ ਕੁਮਾਰ ਨਾਂ ਦਾ ਇੱਕ ਉੱਥੇ ਅੰਦਰ ਹਵਾਲਾਤੀ ਹੈਗਾ। ਇਹਦੇ 'ਤੇ RD ਇੱਕ ਪਰਚਾ ਹੈਗਾ 140/22 306 IPC ਦਾ ਅਤੇ ਇਹ ਜਿਹੜੀਆਂ ਚੱਕੀਆਂ ਦੀ ਜਿਹੜੀ ਬੈਰਕ ਨੰਬਰ 7 ਹੈਗੀ ਆ, ਜਦੋਂ ਇਹਦੀ ਤਲਾਸ਼ੀ ਕੀਤੀ ਤਾਂ ਕਰਨ ਪੁੱਤਰ ਵਿਜੇ ਕੋਲੋਂ ਜਿਹੜਾ ਹੈਗਾ ਇਹ ਸਾਰਾ ਕੁਛ ਬਰਾਮਦ ਹੋਇਆ ਹੈਗਾ ਜੀ। ਅਤੇ ਜਿਹੜੇ ਇਹ ਫੈਂਕਾ ਕਰਨ ਵਾਲੀ ਪਾਰਟੀ ਵੀ ਜਿਹੜੀ ਆ ਇਹ ਫੜ ਲਈ, ਉਹਦੀ ਗ੍ਰਿਫਤਾਰੀ ਪੈ ਚੁੱਕੀ ਹੈ ਜੀ, ਅੱਗੇ ਪੁੱਛਗਿੱਛ ਜਾਰੀ ਆ ਅਤੇ ਕਰਨ ਕੁਮਾਰ ਨੂੰ ਜਿਹੜਾ ਜੀ ਦੁਬਾਰਾ ਇਹਨੂੰ ਫਿਰ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵਾਂਗੇ ਜੀ। ਇਹਦੇ 'ਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ, ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਜਿਹੜੇ ਲਿੰਕ ਆ ਉਹਨਾਂ ਨੂੰ ਵੀ ਕੀਤਾ ਜਾਊਗਾ ਜੀ।